ਸਾਤੇ ਫਰਕਾ ਫਰਸਤੇ ਹੋ ਮੈਨੂੰ ਬਣਦੇ ਨੇ 5000 ਰੁਪਇਆ ਰਮਾਨ ਦੇ ਮੁਕੱਦਮੇ ਤੇ ਮੈਂ ਲਾਇਆ ਤੇ ਕੋਲ ਸੰਗਤ ਨੇ ਦਿੱਤਾ ਹੋਇਆ ਪੈਸਾ ਕਪੂਰ ਸਾਹਿਬ ਰਮਾਨ ਨੂੰ ਅੱਗ ਲਾ ਦਿੱਤੀ ਸੀ ਮੈਂ ਰਮਾਨ ਨੂੰ ਉਹਨਾਂ ਵੀਰਾਂ ਦਾ ਇੱਕ ਧਾਰਮਿਕ ਗ੍ਰੰਥ ਮੰਨਦਾ ਇਹਨਾਂ ਦਾ ਸੰਬੰਧ ਪਰ ਮੇਰਾ ਆਪਣਾ ਇਸ਼ਟ ਗੁਰੂ ਗ੍ਰੰਥ ਸਾਹਿਬ ਹੈ 5000 ਰੁਪਇਆ ਖਰਚਾ ਕੀਤਾ ਉਹਦੇ ਤੇ ਹੁਕਮ ਚਾਹੁੰਦੀ ਹਿੰਦੂ ਦੀ ਲੜਕੀ ਚੁੱਕ ਕੇ ਹਿੰਦੂ ਲੈ ਗਿਆ ਜਦੋਂ ਲਾਲਾ ਗਾਇਕ ਨਾਰਾਇਣ ਦੀ ਮੌਤ ਵੇਲੇ ਮੈਨੂੰ ਗ੍ਰਿਫਤਾਰ ਕੀਤਾ ਤੇ ਮੈਂ ਬਾਹਰ ਆਇਆ ਉਦੋਂ ਦੀ ਗੱਲ ਹੈ ਜਲਾਲਾਬਾਦ ਫਾਜ਼ਿਲਕਾ ਦੇ ਇਲਾਕੇ ਚ ਉਥੇ ਮੈਂ ਇਸ ਵੇਲੇ ਕਥਾ ਕਰ ਰਿਹਾ ਪ੍ਰਚਾਰ ਕਰ ਰਿਹਾ ਹੁਕਮ ਚਾਹੁੰਦ ਦਾ ਨਾਮ ਹੈ ਹਿੰਦੂ ਉਹਦੀ ਲੜਕੀ ਹਿੰਦੂ ਚੁੱਕ ਕੇ ਲਿਜਾ ਸਟੇਜ ਤੇ ਰੋਇਆ 5 ਘੰਟਿਆਂ ਦੇ ਅੰਦਰ ਅੰਦਰ ਉਸ ਹਿੰਦੂ ਤੋਂ ਜਾ ਕੇ ਹਿੰਦੂ ਦੀ ਲੜਕੀ ਲੈ ਕੇ ਦਿੱਤੀ ਮੈਂ ਕੈਲਾਸ਼ ਚੰਦਰ ਇੱਥੇ ਅੱਗ ਲੱਗ ਗਈ ਸ਼ਾਇਦ ਹੋ ਕੇ ਤਾਰ ਦਾ ਕਰਿਆਨੇ ਦੀ ਦੁਕਾਨ ਸੀ ਸਿੱਖ ਦੀ ਦੁਕਾਨ ਹਿੰਦੂ ਕੋਲ ਕਿਰਾਏ ਤੇ ਤੇ ਇੱਕ ਸਿੱਖ ਨਾਲ ਦੁਕਾਨ ਵਾਲਾ ਉਹ ਤਿੰਨੇ ਮੇਰੇ ਕੋਲ ਆਏ ਤੇ ਉਹਨਾਂ ਨੇ ਕਿਹਾ ਮੇਰੀ ਦੁਕਾਨ ਸੜ ਗਈ ਮੇਰੇ ਕੋਲ ਸਹਾਇਤਾ ਕਰੋ ਮੈਂ ਪੁੱਛਿਆ ਦੱਸ ਕੀ ਚਾਹੁੰਦਾ ਪਰ ਗੱਲ ਅਸਲੀਅਤ ਦੱਸ ਨੇ ਸਾਰੀ ਦੱਸ ਦਿੱਤੀ ਉਹਨੂੰ ਪੁੱਛਿਆ ਦੱਸ ਕੀ ਚਾਹੁੰਦਾ ਕਹਿਣ ਲੱਗੇ ਜੋ ਤੁਸੀਂ ਕੋਈ 20-30-40-50-100 ਰੁਪਇਆ ਕਰ ਸਕਦੇ ਇੰਨਾ ਬਹੁਤ ਹੈ ਮੇਰੀ ਮਦਦ ਕਰੋ 500 ਰੁਪਇਆ ਉਹਨੂੰ ਦਿੱਤਾ ਹਿੰਦੂ ਸ਼ਹੀਦ ਹੋ ਗਏ 4 ਤਰੀਕ ਨੂੰ ਮਲੇਰਕੋਟਲਾ ਤੇ ਇੱਕ ਪਟਿਆਲੇ 5-5 ਹਜ਼ਾਰ ਸਾਰੇ ਹਿੰਦੂਆਂ ਨੂੰ ਜਿੱਥੇ ਵੱਲੋਂ ਮੁਸਲਮਾਨਾਂ ਨੂੰ ਸਿੱਖਾਂ ਨੂੰ ਜਿਤਨੇ ਵੀ ਸ਼ਹੀਦ ਹੋਏ ਮਤਲਬ ਜਿੱਥੇ ਜਿੱਥੇ ਵੀ ਹੋਇਆ 5-5 ਹਜ਼ਾਰ ਜਿੱਥੇ ਵੱਲੋਂ 10-10 ਹਜ਼ਾਰ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਕਿ ਹਿੰਦੁਸਤਾਨ ਦੇ ਇੱਕ ਵੀ ਹਿੰਦੂ ਨੇ ਸਿੱਖਾਂ ਦੇ 150 ਸ਼ਹੀਦ ਸਿੰਘਾਂ ਵਿੱਚੋਂ ਇੱਕ ਨਵਾਂ ਤਾਹੇ ਵਿੱਚੋਂ ਸਾਰਾ ਡਾਕਟਰ ਨਾਰਾਇਣ ਗੱਡੀ ਚੜ ਗਿਆ ਚੜਾਤਾ ਕਿਸੇ ਨੇ ਮੈਥੋਂ ਬਿਨਾਂ ਸਾਰੀ ਲੀਡਰਸ਼ਿਪ ਉਹਦੀ ਪਰਚਾਉਣੀ ਤੇ ਗਈ ਤੁਹਾਡੇ ਆਪਣੇ ਸਿੱਖ ਭਰਾ 150 ਮਾਰਿਆ ਗਿਆ ਕਿਸੇ ਹਿੰਦੂ ਨੇ ਆ ਕੇ ਨਾਰਾ ਮਾਰਿਆ